रविदास मंदिर कटड़ा मोहल्ला बस्ती दानिशमंदा की ओर से श्री गुरु रविदास जी महाराज के 646वें प्रकाश पर्व के उपलक्ष्य में चौथी प्रभात फेरी निकाली गई। इस दौरान स्त्री सत्संग सभा की प्रधान बंती देवी, कृष्णा देवी, रमा देवी, संतोष रानी, उषा रानी, सुमन लोच ने भी श्री गुरु रविदास जी महाराज की महिमा का गुणगान करते हुए इलाके की परिक्रमा की। ये प्रभात फेरी रसीला नगर स्थित पाठी यशपाल के निवास स्थल पर जाकर सम्पन्न हुई, जहाँ पर पारिवारिक सदस्यों में यशपाल पाठी, विमला, तरसेम लाल, रेखा, जतिन, रेणुबाला, रीटा, गुरदास राम मल, किशोर कुमार ने पुष्प वर्षा कर प्रभात फेरी का स्वागत किया। इस मौके पर मंदिर कमेटी के सदस्य सतपाल पाला, स्वर्ण यादव, महेश अंगुराल, प्रदीप थापा, पवन अत्री, बलबीर लोच, रतन लाल, चमन लाल पाठी, जंग बहादुर, लाडी अंगुराल सहित अन्य भक्तजन भी मौजूद रहे। जलंधर से हलचल के लिए सुरेंद्र बावा की रिपोर्ट। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਅੱਜ 5ਵੀਂ ਪ੍ਰਭਾਤ ਫੇਰੀ ਸ੍ਰੀ ਗੁਰੂ ਰਵਿਦਾਸ ਮੰਦਿਰ ਤੋਂ ਸਾਡੇ ਗੁਰੂ ਘਰ ਦੇ ਪ੍ਰਧਾਨ ਮਾਨਯੋਗ ਸ੍ਰੀ ਮਦਲਾ ਚੰਦਰ ਜੀ ਉਹਨਾਂ ਦੇ ਅਸ਼ੀਰਵਾਦ ਸਤਿਕਾਰ ਨਿਕਾਲੀ ਗਈ। ਪੂਰੇ ਨਗਰ ਦੀ ਪਰਿਕਰਮਾ ਕਰਦੇ ਹੋਏ ਅੱਜ ਦੀ ਪ੍ਰਭਾਤ ਫੇਰੀ ਆਦਰਣੀ ਸ੍ਰੀ ਜਸ਼ਪਾਲ ਪਾਠੀ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਉਹਨਾਂ ਦੀ ਧਰਪਤਨੀ ਵਿਮਲਾ ਜੀ, ਬੇਟਾ ਤਰਸੇਮ ਲਾਲ ਜੀ, ਉਹਨਾਂ ਦੀ ਪਤਨੀ ਰੇਖਾ ਜੀ, ਬੇਟਾ ਜਤਨ ਜੀ, ਪਤਨੀ ਰੇਣੂ ਜੀ, ਬੇਟੀ ਰੀਟਾ ਜੀ, ਵਾ ਸ਼੍ਰੀ ਕਿਸ਼ੋਰ ਕੁਮਾਰ ਜੀ, ਉਹਨਾਂ ਦੇ ਅੱਜ ਗ੍ਰਹਿ ਵਿਖੇ ਪ੍ਰਭਾਤ ਫੇਰੀ ਨੇ ਚਰਨ ਪਾਏ ਹਨ। ਔਰ ਸਾਰਾ ਹੀ ਅਤਰੀ ਪਰਿਵਾਰ ਇੱਥੇ ਪਹੁੰਚਿਆ ਹੈ, ਰਿਸ਼ਤੇਦਾਰ, ਭੈਣਾਂ ਭਰਾ ਸਾਰੇ ਹੀ ਪਹੁੰਚੇ ਹਨ। ਔਰ ਆਈ ਹੋਈ ਪ੍ਰਭਾਤ ਫੇਰੀ ਦਾ ਮਾਣ ਸਨਮਾਨ ਗੁਰੂ ਘਰ ਜੀ ਦਾ ਅਟੁੱਟ ਲੰਗਰ ਵੀ ਇਹਨਾਂ ਵਰਤਾਇਆ ਹੈ ਔਰ ਚਾਹ ਪਾਣੀ ਦੀ ਸੇਵਾ ਕੀਤੀ ਹੈ, ਬੇਅੰਤ ਮਾਇਆ ਸੇਵਾ ਕਰਾਈ ਹੈ ਜਸ਼ਪਾਲ ਪਾਠੀ ਜੀ ਨੇ। ਔਰ ਹਰ ਸਾਲ ਪ੍ਰਭਾਤ ਫੇਰੀ ਬੁਲਾ ਕੇ ਮਾਣ ਸਤਿਕਾਰ ਕਰਦੇ ਨੇ ਆਏ ਹੋਏ ਪ੍ਰਭਾਤ ਫੇਰੀ ਦਾ। ਮੈਂ ਮਹਾਰਾਜ ਜੀ ਦੇ ਜਨਮ ਦਿਨ ਦੇ ਉਪਲਕਸ਼ ਵਿੱਚ ਅਤਰੀ ਪਰਿਵਾਰ ਨੂੰ ਸਭਾ ਵੱਲੋਂ ਲੱਖ ਲੱਖ ਵਧਾਈ ਦਿੰਦਾ।